देख ले, पाल ले, समझ ले। दोस्तों आज अपन गाल करने जा रहे हैं हम एचआईवी की। तो कहते हैं ना सक्सेस हैपेंस टू दोज हु डेयर। द फर्स्ट स्टेप इज ऑलवेज द टफेस्ट। तो पहला स्टेप लेना सब तो ज़्यादा औखा होता है। जो तुम पहला स्टेप ले लिया मतलब तुम अद्धी जंग जीत ली। करने वाले शर्म नहीं आती, लैंड वाले शर्म आती है। वो ये इस चीज दी शर्म, वो कहते ना जिसने की शर्म उसके फूटे करम। इस चीज नू मार्केट विच लैंड वास्ते कोई शर्म नहीं है। तुसी दिल तड़क मंगो, एक दी जगह दो मंगो, बिकॉज दिस कहते ना प्रिवेंशन इज बैटर दैन क्योर। तो तुसी जदों तुहाडा काम हो गया उस तो बाद तुसी चीज़ां नू नहीं रोक सकते। तो एच आई वी दे बहुत सारे कारण होंगे। ਤੁਸੀਂ ਜਦੋਂ ਤੁਹਾਨੂੰ ਕਾਰਨ ਪਤਾ ਹੁੰਦਾ ਤੁਸੀਂ ਉਸ ਚੀਜ਼ ਦੀ ਪ੍ਰੀਕੋਸ਼ਨ ਲੈ ਸਕਦੇ ਹੋ। ਕੁਛ ਅਨਵਾਂਟਿਡ ਰੀਜ਼ਨਸ ਵੀ ਹੁੰਦੇ ਆ, ਅਨਵਾਂਟਿਡ ਰੀਜ਼ਨਸ ਨੂੰ ਤੁਸੀਂ ਨਹੀਂ ਕੁਛ ਕਰ ਸਕਦੇ ਬਿਕੋਜ਼ ਉਹ ਤੁਹਾਡੇ ਹੱਥ ਵਿੱਚ ਨਹੀਂ ਹੁੰਦਾ। ਉਹ ਕਹਿੰਦੇ ਨਾ ਬਿਮਾਰੀ ਕਦੀ ਵੀ ਦੱਸ ਕੇ ਨਹੀਂ ਆਉਂਦੀ, ਤੁਹਾਨੂੰ ਫੋਨ ਨਹੀਂ ਕਰਦੀ ਹਾਂਜੀ ਬਈ ਭਾਈ ਸਾਹਿਬ ਮੈਂ ਤੁਹਾਡੇ ਘਰ ਆ ਰਹੀ ਹਾਂ, ਉਹ ਆ ਜਾਂਦੀ ਹੈ। ਅਤੇ ਤੁਸੀਂ ਥੋੜ੍ਹਾ ਜਿਹਾ ਆਪਣਾ ਖਿਆਲ ਰੱਖੋ। ਤੁਸੀਂ ਜ਼ਰੂਰੀ ਹੈ ਕਿ ਇਹ ਐਪੀਸੋਡ 18 ਸਾਲ ਤੋਂ ਵੱਧ ਬੰਦਿਆਂ ਵਾਸਤੇ ਹੈਗਾ ਕਿ 18 ਪਲੱਸ ਵਾਸਤੇ ਐਪੀਸੋਡ ਹੈਗਾ ਹੈ, ਬਟ ਜਿਹੜੇ ਬੰਦੇ 18 ਸਾਲ ਤੋਂ ਛੋਟੇ ਹੈਗੇ ਆ, ਸਿਆਣੇ ਬੰਦੇ ਹੈਗੇ ਜਿਹੜੇ ਇਸ ਐਪੀਸੋਡ ਨੂੰ ਦੇਖ ਕੇ ਸਮਝ ਸਕਦੇ ਆ, ਇਹਦੇ ਵਿੱਚੋਂ ਕੁਝ ਇਨਫੋਰਮੇਸ਼ਨ ਮੀਨਿੰਗਫੁਲ ਕੱਢ ਸਕਦੇ ਆ, ਉਹ ਲੋਕ ਵੀ ਇਸ ਐਪੀਸੋਡ ਨੂੰ ਦੇਖ ਸਕਦੇ ਆ। ਐਕਚੁਲੀ ਆਈ ਗੋਟ ਅ ਰਿਕੁਐਸਟ ਫਰੋਮ ਵਨ ਆਫ ਮਾਈ ਫੈਨ ਕਿ ਭਾਅ ਜੀ ਤੁਸੀਂ ਬੜਾ ਐਂਟਰਟੇਨ ਕਰਦੇ ਹੋ, ਹਮੇਸ਼ਾ ਹਸਾਉਂਦੇ ਹੋ, ਤੁਹਾਨੂੰ ਕਦੀ ਕਿਸੇ ਸੀਰੀਅਸ ਟੋਪਿਕ 'ਤੇ ਗੱਲ ਕਰਦੇ ਹੋਏ ਆਪਾਂ ਨਹੀਂ ਦੇਖਿਆ। ਤੋ ਆਈ ਥੋਟ ਕਿ ਇੱਕ ਤੁਹਾਨੂੰ ਸਾਰਿਆਂ ਨੂੰ ਮੈਸੇਜ ਦਿੱਤਾ ਜਾਏ, ਬਿਕੋਜ਼ ਅੱਜ ਵਰਲਡ ਏਡਜ਼ ਡੇ ਆਪਾਂ ਸਾਰੇ ਮਨਾ ਰਹੇ ਹੈਗੇ ਹਾਂ। ਤੁਹਾਨੂੰ ਪਤਾ ਹੈਗਾ ਏਡਜ਼ ਕੀ ਹੁੰਦਾ, ਕਿਵੇਂ ਹੁੰਦਾ, ਕਿਸ ਕਿਸ ਰੀਜ਼ਨਸ ਪਿੱਛੇ ਹੁੰਦਾ। ਅਤੇ ਤੁਸੀਂ ਸਾਰਾ ਇਸ ਚੀਜ਼ ਦਾ ਖਿਆਲ ਰੱਖੋ। ਆਪਾਂ ਜਦੋਂ ਤੁਸੀਂ ਆਪਣਾ ਹੋਸਪਿਟਲਸ ਦੇ ਵਿੱਚ ਜਾਂਦੇ ਹੈਗੇ ਹੋ, ਕਲੀਨਿਕਸ ਦੇ ਵਿੱਚ ਜਾਂਦੇ ਹੈਗੇ ਹੋ, ਕੀਪ ਜਸਟ ਟਰਾਈ ਕਿ ਤੁਸੀਂ ਜਿਹੜੀ ਵੀ ਸਰਿੰਜ ਯੂਜ਼ ਕਰ ਰਹੇ ਹੋ ਉਹ ਯੂਜ਼ ਨਹੀਂ ਹੈਗੀ, ਤੁਸੀਂ ਪ੍ਰੋਪਰ ਸੀਲ ਤੋੜ ਕੇ ਸਰਿੰਜ ਯੂਜ਼ ਕਰੋ, ਇਟ ਇਜ਼ ਬੈਨੀਫਿਸ਼ੀਅਲ ਫੋਰ ਯੂ। ਉਹ ਕਹਿੰਦੇ ਨਾ ਛੋਟੀ ਛੋਟੀ ਚੀਜ਼ਾਂ ਨਾਲ ਵੱਡੇ ਵੱਡੇ ਧਮਾਕੇ ਕਈ ਵਾਰ ਹੋ ਜਾਂਦੇ ਹੈਗੇ। ਤੁਸੀਂ ਆਪਣੇ ਬੋਡੀ ਦੇ ਵਿੱਚ ਸਰਿੰਜ ਘੁਬਾਓ, ਥੋੜ੍ਹਾ ਜਿਹਾ ਉਹਦੇ ਵਿੱਚੋਂ ਉਹਨੂੰ ਪੁੱਲ ਆਊਟ ਕਰੋ, ਕਿਸੇ ਹੋਰ ਦੀ ਬਾਂਹ 'ਤੇ ਲਾ ਦਿਉ, ਅਤੇ ਬਸ ਕੰਮ ਹੋ ਗਿਆ। ਅਤੇ ਤੁਸੀਂ ਥੋੜ੍ਹਾ ਜਿਹਾ ਇਸ ਚੀਜ਼ ਦਾ ਖਿਆਲ ਰੱਖੋ, ਬਿਕੋਜ਼ ਤੁਸੀਂ ਖਿਆਲ ਨਹੀਂ ਰੱਖੋਗੇ ਤਾਂ ਤੁਹਾਡਾ ਪੜੋਸੀ ਤੁਹਾਡੇ ਘਰ ਨਹੀਂ ਆਏਗਾ ਤੁਹਾਨੂੰ ਪ੍ਰੀਵੈਂਟ ਕਰ। ਅਤੇ ਚੀਜ਼ਾਂ ਦਾ ਖਿਆਲ ਤੁਹਾਨੂੰ ਖੁਦ ਹੀ ਰੱਖਣਾ ਪੈਂਦਾ। ਅਤੇ ਸਾਡਾ ਐਪੀਸੋਡ ਦੇਖਦੇ ਰਹੋ। ਕਮਲ ਡੈਰੀਜ਼ ਤੁਹਾਨੂੰ ਇਹੀ ਮੈਸੇਜ ਦੇ ਰਿਹਾ ਕਿ ਆਪਣਾ ਖਿਆਲ ਖੁਦ ਹੀ ਰੱਖਿਆ ਜਾਂਦਾ, ਕੋਈ ਹੋਰ ਤੁਹਾਡਾ ਖਿਆਲ ਨਹੀਂ ਰੱਖਦਾ। ਅਤੇ ਕੀਪ ਔਨ ਵਾਚਿੰਗ ਕਮਲ ਡੈਰੀਜ਼। ਜੇ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਹੈਗੀ ਹੈ ਤਾਂ ਇਹਨੂੰ ਤੁਸੀਂ ਜੀ ਸ਼ੇਅਰ ਵੀ ਕਰ ਸਕਦੇ ਹੋ, ਸਪਰੈਡ ਵੀ ਕਰ ਸਕਦੇ ਹੋ, ਵਟਸਐਪ 'ਤੇ ਇਹਨੂੰ ਇਸ ਚੀਜ਼ ਦਾ ਧਮਾਕਾ ਵੀ ਪਾ ਸਕਦੇ ਹੈਗੇ। ਅਤੇ ਅਸੀਂ ਤੁਹਾਡੇ ਕਮੈਂਟਸ ਹੀ ਵੇਟ ਕਰਾਂਗੇ, ਤੁਹਾਨੂੰ ਕਿਹੜੀ ਚੀਜ਼ ਚੰਗੀ ਲੱਗੀ, ਕੁਛ ਤੁਸੀਂ ਸਾਨੂੰ ਸੁਜੈਸ਼ਨਸ ਦੇਣਾ ਚਾਹੁੰਦੇ ਹੈਗੇ, ਤੋ ਯੂ ਆਰ ਮੋਸਟ ਮੋਸਟ ਵੈਲਕਮ। ਦਿਸ ਇਜ਼ ਆਵਰ ਲਿੰਕ ਆਫ ਦੀ ਕਮਲ ਡਾਇਰੀਜ਼। ਤੁਸੀਂ ਇਸ ਚੀਜ਼ 'ਤੇ ਕਮਲ ਡਾਇਰੀਜ਼ ਨੂੰ ਸਬਸਕ੍ਰਾਈਬ ਕਰ ਸਕਦੇ ਹੈਗੇ ਹੋ। ਰੋਲਿੰਗ ਫਰੇਮਸ ਐਂਟਰਟੇਨਮੈਂਟ ਨੂੰ ਸਬਸਕ੍ਰਾਈਬ ਕਰਨਾ ਤੁਸੀਂ ਭੁੱਲਣਾ ਨਹੀਂ ਹੈਗਾ। ਅਸੀਂ ਡੈਫੀਨੇਟਲੀ ਤੁਹਾਡੇ ਕਮੈਂਟਸ ਹੀ ਵੇਟ ਕਰਾਂਗੇ, ਅਤੇ ਅਸੀਂ ਜਿਹੜੇ ਜਿਹੜੇ ਸਵਾਲ ਤੁਹਾਨੂੰ ਤੁਸੀਂ ਸਾਡੇ ਤੋਂ ਪੁੱਛੇ ਹੋਣਗੇ ਆਪਾਂ ਉਸ ਚੀਜ਼ ਦੀ ਜਵਾਬ ਦੇਣ ਦੀ ਪੂਰੀ ਪੂਰੀ ਕੋਸ਼ਿਸ਼ ਕਰਾਂਗੇ। ਸਤਿ ਸ਼੍ਰੀ ਅਕਾਲ।